ਭਰਾ ਤੇ ਭਾਬੀ ਰਾਹ ਵਿੱਚ ਗੱਡੀ ਨੇ ਤਰੜ ਦਿੱਤੇ। ਮਾਂ ਕਰਦੀ ਰਹੀ ਆਪਣੇ ਬੱਚਿਆਂ ਦਾ ਇੰਤਜ਼ਾਰ। ਇੱਕ ਹੀ ਝਟਕੇ 'ਚ ਦੋਨਾਂ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦੇ ਕਿ ਘਰ ਵਿੱਚ ਮਾਂ, ਪੁੱਤ ਤੇ ਨੂੰਹ ਰਹਿੰਦੇ ਸੀ। ਮਾਂ ਦੀ ਸਿਹਤ ਠੀਕ ਨਹੀਂ ਸੀ, ਘਬਰਾਹਟ ਹੋ ਰਹੀ ਸੀ ਤਾਂ ਮਾਂ ਨੇ ਆਪਣੇ ਪੁੱਤ ਨੂੰ ਕਿਹਾ ਕਿ ਮੇਰੇ ਲਈ ਆਉਂਦੇ ਹੋਏ ਆਈਸਕ੍ਰੀਮ ਲੈ ਆਇਓ। ਰਸਤੇ ਵਿੱਚ ਸੜਕ ਤੇ ਇੱਕ ਗੱਡੀ ਤੇਜ਼ ਰਫ਼ਤਾਰ ਨਾਲ ਆਉਂਦੀ ਹੈ ਤੇ ਉਹਨਾਂ ਨੂੰ ਭਿਆਨਕ ਟੱਕਰ ਮਾਰਦੀ ਹੈ। ਦੋਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ। ਜਦੋਂ ਦੋਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਤਾਂ ਡਾਕਟਰ ਦੋਨਾਂ ਨੂੰ ਹੀ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ। ਤਾਂ ਦੱਸਦੇ ਕਿ ਬਹੁਤ ਵੱਡਾ ਦਰਦਨਾਕ ਹਾਦਸਾ ਹੋਇਆ, ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਮਾਮਲਾ ਲੁਧਿਆਣੇ ਦੇ ਸ਼ਿਮਲਾਪੁਰੀ ਇਲਾਕੇ ਚੋਂ ਸਾਹਮਣੇ ਆਇਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਫੋਨ ਕੀਤਾ ਆਪਣੀ ਬੇਟੀ ਨੂੰ, ਮੈਂ ਕਿਹਾ ਮੈਨੂੰ ਘਬਰਾਹਟ ਹੋ ਰਹੀ ਹੈ, ਮੇਰੇ ਲਈ ਕੁਲਫੀ ਲੈ ਕੇ ਆਈ। ਤੇ ਇੰਨੇ ਨੂੰ 11:20 ਤੇ ਵੀ ਅਸੀਂ ਫੋਨ ਕੀਤਾ, 25 ਤੇ ਕੀਤਾ, 30 ਤੇ ਕੀਤਾ, ਸਾਨੂੰ ਕੋਈ ਖਬਰ ਨਹੀਂ ਆਈ। ਮੇਰਾ ਬੱਚਾ ਜਿਹੜਾ ਮੁੰਡਾ ਸੀ ਉਹ ਗੁੱਸਾ ਕਰ ਗਿਆ, ਕਹਿੰਦਾ ਭਾਬੀ ਫੋਨ ਨਹੀਂ ਚੱਕ ਰਹੀ। ਇੰਨਾ ਨਹੀਂ ਪਤਾ ਸਾਨੂੰ ਕਿਸੇ ਨੇ ਉਹਦਾ ਸਿਮ ਪਾ ਕੇ ਸਾਨੂੰ ਫੋਨ ਕੀਤਾ ਕਿ ਉਹ ਤਾਂ ਵੀ ਮੈਂ ਸਿਵਲ ਹਸਪਤਾਲ ਲੈ ਕੇ ਚੱਲਿਆ ਵਾਂ, ਸਾਡੇ ਰੋਂਗਟੇ ਖੜ੍ਹੇ ਹੋ ਗਏ ਕਿ ਇੰਨੀਆਂ ਸੱਟਾਂ ਕਿੱਦਾਂ ਲੱਗ ਗਈਆਂ ਮੇਰੇ ਬੱਚਿਆਂ ਨੂੰ ਜਿਹੜੇ ਲੈ ਕੇ ਚੱਲੇ ਨੇ। ਅਸੀਂ ਗਏ ਤਾਂ ਉੱਥੇ ਬਿਲਕੁਲ ਉਹ ਵੀ ਡੈਡ ਸੀ। ਅਸੀਂ ਕਿੰਨੇ ਵਜੇ ਦਾ ਮਾਮਲਾ ਹੋ ਗਿਆ? ਇਹ 11:30 ਦਾ ਟਾਈਮ ਸੀ ਜਦੋਂ ਅਸੀਂ ਹਸਪਤਾਲ ਪਹੁੰਚੇ ਹਾਂ। ਸਾਨੂੰ ਸਾਡੇ ਬੱਚਿਆਂ ਦਾ ਇਨਸਾਫ ਚਾਹੀਦਾ। ਸਾਡੇ ਬੱਚੇ, ਮੇਰਾ ਛੋਟਾ ਜਿਹਾ ਪੋਤਰਾ 6 ਸਾਲ ਦਾ, ਬਸ ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਅਸੀਂ ਉਹਦੇ ਸਿਰ ਤੇ ਸਾਡਾ ਘਰ ਸੀ, ਇਹ ਤਾਂ ਬੱਚੇ ਦੇਖ ਲਓ ਦੋਨੇ ਹੀ ਹੈ ਬਸ। ਤਹਿਲਕਾ ਨਿਊਜ਼, ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਪਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।